ਤੇ ਅੱਜ ਜੇ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਕੰਮ ਕੀਤਾ, ਇੱਕ ਮੈਂ ਕਹਿਣਾ ਚਾਹੂੰਗਾ ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਤੇ ਅੱਜ ਜਿਹੜੇ ਮੰਤਰੀ ਰਾਜਨੀਤੀ ਕਰੀ ਜਾਂਦੇ ਆ ਕਿ ਨਵਜੋਤ ਸਿੰਘ ਸਿੱਧੂ ਬੱਬਰ ਸ਼ੇਰ ਕਹਿ ਰਿਹਾ ਇਮਰਾਨ ਖਾਨ ਨੂੰ, ਤੇ ਅਸੀਂ ਬੱਬਰ ਸ਼ੇਰ ਨਾ ਕਹੀਏ ਤੇ ਹੋਰ ਕਹੀਏ ਕੀ? ਕਹਿੰਦੇ ਆ ਸੂਰਜ ਨੂੰ ਵੀ ਤਾਂ ਸੂਰਜ ਕਿਹਾ ਜਾਂਦਾ ਵੀ ਉਹ ਚਾਨਣ ਦਿੰਦਾ, ਤੇ ਸਾਡੇ ਕਈ ਮੰਤਰੀ ਕਹਿ ਰਹੇ ਆ ਕਿ ਇਮਰਾਨ ਖਾਨ ਤਾਂ ਬੰਦੇ ਮਰਵਾਉਂਦਾ, ਬੰਦੇ ਉਹ ਨਹੀਂ ਮਰਵਾਉਂਦਾ, ਬੰਦੇ ਸਾਡੇ ਮੰਤਰੀ ਮਰਵਾਉਂਦੇ ਆ। ਜੰਗ ਕੋਈ ਸਾਡੀ ਖਾਤਰ ਨਹੀਂ ਲੱਗਦਾ, ਜੰਗ ਮੰਤਰੀਆਂ ਖਾਤਰ ਲੱਗਦਾ। ਸਾਡੇ ਜਿਹੜੇ ਮੰਤਰੀ ਕਈ ਉਹਨਾਂ ਨੇ ਬੱਬਰ ਸ਼ੇਰ ਕਿਹਾ ਤਾਂ ਸੁਣ ਲਿਆ, ਪਰ ਉਹਨਾਂ ਨੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਜਾਣ ਵਾਲਾ ਰਸਤਾ ਖੋਲ੍ਹਿਆ ਅਤੇ ਉਹ ਤਾਂ ਸਾਡੇ ਮੰਤਰੀਆਂ ਨੂੰ ਦਿਸਿਆ ਨਹੀਂ। ਹੁਣ ਕਈਆਂ ਮੰਤਰੀਆਂ ਦੇ ਤਾਂ ਬਲੱਡ ਘਟੇ ਪਏ ਆ, ਅਤੇ ਕਈਆਂ ਦੀਆਂ ਘਰ ਵਾਲੀਆਂ ਜਿਹੜੀਆਂ ਮੰਤਰੀਆਂ ਉਹ ਕਹਿੰਦੀਆਂ ਸੌਂ ਜਾ ਕੋਈ ਨਹੀਂ, ਸੌਂ ਜਾ ਕੁਛ ਨਹੀਂ ਹੁੰਦਾ। ਹੁਣ ਇਮਰਾਨ ਖਾਨ ਨੂੰ ਜੇ ਬੱਬਰ ਸ਼ੇਰ ਕਹਿ ਲਿਆ ਤਾਂ ਇਹਦੇ ਵਿੱਚ ਘਾਟਾ ਕੀ ਪੈ ਗਿਆ ਆਪਾਂ ਨੂੰ? ਜਦੋਂ ਆਪਣੇ ਨੌਜਵਾਨ ਸ਼ਹੀਦ ਹੁੰਦੇ ਆ ਕਦੇ ਆਪਾਂ ਨੂੰ ਉਦੋਂ ਤਾਂ ਘਾਟਾ ਪਿਆ ਨਹੀਂ। ਆਪਾਂ ਕੀ ਗੱਲ ਕਹਿੰਦੇ ਹਾਂ ਕਿ ਸਾਡੇ ਦੋ ਸ਼ਹੀਦ ਹੋਏ ਆ, ਅਸੀਂ 50 ਉਹਨਾਂ ਦੇ ਕਰਾਂਗੇ, ਪਰ ਉਦੋਂ ਨਹੀਂ ਸੋਚਿਆ ਜਦੋਂ ਆਪਾਂ 50 ਉਹਨਾਂ ਦੇ ਕਰਾਂਗੇ ਤਾਂ ਸਾਡੇ ਨੌਜਵਾਨ ਸ਼ਹੀਦ ਹੋਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਨੇ ਕਰਤਾਰਪੁਰ ਸਾਹਿਬ ਦਾ ਉਲਾਂਘਾ ਖੋਲ੍ਹ ਕੇ ਸਿੱਖਾਂ ਨੂੰ ਪੂਰਾ ਖੁਸ਼ ਕੀਤਾ, ਖੁਸ਼ ਕੀਤਾ, ਅਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਫਰਜ਼ ਨਿਭਾਇਆ ਜਿਹੜਾ ਕਿ ਕਿਸੇ ਹੋਰ ਮੰਤਰੀ ਨੇ ਨਹੀਂ ਨਿਭਾਇਆ। ਅਤੇ ਅੱਜ ਫਿਰ ਜਿਹੜੇ ਲੋਕ ਰਾਜਨੀਤੀ ਕਰਦੇ ਆ ਸਾਡੇ ਕਈ ਮੰਤਰੀ, ਉਲਟਾ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਕੱਲ੍ਹ ਭਾਸ਼ਣ ਦਿੱਤਾ ਉਹਨਾਂ ਨੇ ਤਾਂ ਗੱਲ ਕੀਤੀ ਹੈ ਕਿ ਜਿਹੜੇ ਇਮਰਾਨ ਖਾਨ ਜੀ ਆ, ਜਿਹੜੇ ਆਪਣੇ ਇਮਰਾਨ ਖਾਨ ਜੀ ਨੇ ਉਹਨਾਂ ਨੇ ਭਾਸ਼ਣ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਜੀ ਨੇ, ਸਿੱਧੂ ਸਾਹਿਬ ਕੀ ਕਹਿ ਰਹੇ ਆ ਕਿ ਤਨ ਕਹਿੰਦੇ ਬੱਬਰ ਸ਼ੇਰ ਹੈ ਇਮਰਾਨ ਖਾਨ ਜੀ, ਅਤੇ ਵਾਕਈ ਬੱਬਰ ਸ਼ੇਰ ਆ ਜਿਨ੍ਹਾਂ ਨੇ ਲਾਂਘਾ ਖੋਲ੍ਹਿਆ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣਿਆ ਅਤੇ ਉਹਨਾਂ ਨੂੰ ਮੱਥਾ ਟੇਕਣ ਦੇ, ਸਾਨੂੰ ਦਰਸ਼ਨ ਕਰਨ ਦੇ ਸਵੱਬ ਮਿਲੇ ਪਰਮਾਤਮਾ ਵੱਲੋਂ ਕਹਿ ਲਓ, ਅਤੇ ਜਾਂ ਨਵਜੋਤ ਸਿੰਘ ਸਿੱਧੂ ਜੀ ਦਾ, ਕਿਉਂਕਿ ਪਰਮਾਤਮਾ ਹੁਣ ਮੈਂ ਤਾਂ ਕਹਿਣਾ ਚਾਹੂੰਗਾ ਵੀ ਨਵਜੋਤ ਸਿੰਘ ਸਿੱਧੂ ਜੀ 'ਚ ਵਸੇ ਜਿਹੜੇ ਕਿ ਸਾਡੇ ਭੈਣ ਭਾਈਆਂ ਨੇ ਸਭ ਨੇ ਸਾਡੇ ਬਾਪੂ ਜੀ ਦੇ ਦਰਸ਼ਨ ਕੀਤੇ। ਪਹਿਲਾਂ ਸਾਡੇ ਜਿਹੜੇ ਲੋਕ ਸੀ ਜਦੋਂ ਅਸੀਂ ਵਿਹਦੇ ਹੁੰਦੇ ਸੀਗੇ ਕਿ ਸਾਡਾ ਜਿਹੜੇ ਗੁਰੂ ਸਾਹਿਬ ਦੇ ਪੈਰ ਪਏ ਜਿੱਥੇ ਉਹ ਖੜ੍ਹੇ ਉਹ ਥਾਂ ਖੜ੍ਹੀ ਹੈ ਅਤੇ ਅਸੀਂ ਜਾ ਨਹੀਂ ਸਕਦੇ ਸੀ, ਅਤੇ ਅਸੀਂ ਸਾਡੇ ਵੇਖ ਵੇਖ ਕੇ ਲੋਕ ਰੋਂਦੇ ਹੁੰਦੇ ਸੀ ਕਿ ਅਸੀਂ ਕੋਲ ਹੋ ਕੇ ਵੀ ਬਾਪੂ ਦੀਆਂ ਪੈੜਾਂ 'ਤੇ ਅਸੀਂ ਜਾ ਕੇ ਹੱਥ ਨਹੀਂ ਲਾ ਸਕਦੇ ਸੀ, ਮੱਥਾ ਨਹੀਂ ਟੇਕ ਸਕਦੇ। ਅਤੇ ਅੱਜ ਜੇ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਕੰਮ ਕੀਤਾ, ਇੱਕ ਮੈਂ ਕਹਿਣਾ ਚਾਹੂੰਗਾ ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਅਤੇ ਅੱਜ ਜਿਹੜੇ ਮੰਤਰੀ ਰਾਜਨੀਤੀ ਕਰੀ ਜਾਂਦੇ ਆ
ਕਿ ਨਵਜੋਤ ਸਿੰਘ ਸਿੱਧੂ ਬੱਬਰ ਸ਼ੇਰ ਕਹਿ ਰਿਹਾ ਇਮਰਾਨ ਖਾਨ ਨੂੰ, ਅਤੇ ਅਸੀਂ ਬੱਬਰ ਸ਼ੇਰ ਨਾ ਕਹੀਏ ਤਾਂ ਹੋਰ ਕਹੀਏ ਕੀ। ਕਹਿੰਦੇ ਆ ਸੂਰਜ ਨੂੰ ਵੀ ਤਾਂ ਸੂਰਜ ਕਿਹਾ ਜਾਂਦਾ ਵੀ ਉਹ ਚਾਨਣ ਦਿੰਦਾ, ਅਤੇ ਸਾਡੇ ਕਈ ਮੰਤਰੀ ਕਹਿ ਰਹੇ ਆ ਕਿ ਇਮਰਾਨ ਖਾਨ ਤਾਂ ਬੰਦੇ ਮਰਵਾਉਂਦਾ, ਬੰਦੇ ਉਹ ਨਹੀਂ ਮਰਵਾਉਂਦਾ, ਬੰਦੇ ਸਾਡੇ ਮੰਤਰੀ ਮਰਾਉਂਦੇ ਆ। ਜੰਗ ਕੋਈ ਸਾਡੀ ਖਾਤਰ ਨਹੀਂ ਲੱਗਦਾ, ਜੰਗ ਮੰਤਰੀਆਂ ਖਾਤਰ ਲੱਗਦਾ, ਮੰਤਰੀ ਨਾ ਲਵਾਉਣ ਜੰਗ। ਜੇ ਸਾਡੇ ਮੰਤਰੀ ਚਾਹੁਣ ਤਾਂ ਹਿੰਦੁਸਤਾਨ ਪਾਕਿਸਤਾਨ ਇੱਕੋ ਜਿਹੇ, ਪਰ ਨਹੀਂ ਹੋਣ ਦਿੰਦੇ। ਕਿਉਂ ਨਹੀਂ ਹੋਣ ਦਿੰਦੇ ਤਾਂ ਤੁਹਾਨੂੰ ਵੀ ਪਤਾ, ਜੇ ਕੋਈ ਉੱਧਰ ਜੇ ਪਾਕਿਸਤਾਨ ਅਤੇ ਹਿੰਦੁਸਤਾਨ ਇੱਕ ਹੁੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਪ੍ਰਾਈਮ ਮਿਨਿਸਟਰ ਤਾਂ ਇੱਕ ਹੀ ਹੋਊਗਾ, ਅਤੇ ਸਾਡੇ ਆਪਦੇ ਮੰਤਰੀ ਨਹੀਂ ਚਾਹੁੰਦੇ। ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਤਾੜੀ ਦੋਨੋਂ ਹੱਥੀਂ ਵੱਜਦੀ ਹੈ, ਅਤੇ ਜੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਜੀ ਨੇ ਇਮਰਾਨ ਖਾਨ ਨੂੰ ਬੱਬਰ ਸ਼ੇਰ ਕਿਹਾ ਅਤੇ ਵਿੱਚ ਉਹਨਾਂ ਨੇ ਕਾਫੀ ਬਿਆਨ ਕੀਤਾ ਕਿ ਨਾ ਆਪਾਂ ਮਾਵਾਂ ਦੇ ਪੁੱਤ ਮਰਵਾਈਏ, ਅਤੇ ਸਾਡੇ ਮੰਤਰੀ ਹਲੇ ਕਹਿ ਰਹੇ ਕਿ ਇਹਨਾਂ ਨੇ ਬੱਬਰ ਸ਼ੇਰ ਕਿਹਾ। ਤੁਸੀਂ ਸਾਡੇ ਜਿਹੜੇ ਮੰਤਰੀ ਕਈ ਉਹਨਾਂ ਨੇ ਬੱਬਰ ਸ਼ੇਰ ਕਿਹਾ ਤਾਂ ਸੁਣ ਲਿਆ, ਪਰ ਉਹਨਾਂ ਨੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਜਾਣ ਵਾਲਾ ਰਸਤਾ ਖੋਲ੍ਹਿਆ ਅਤੇ ਉਹ ਤਾਂ ਸਾਡੇ ਮੰਤਰੀਆਂ ਨੂੰ ਦਿਸਿਆ ਨਹੀਂ, ਅਤੇ ਸਾਡੇ ਮੰਤਰੀ ਬਿਆਨ ਦੇ ਰਹੇ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਨੂੰ ਬੱਬਰ ਸ਼ੇਰ ਕਿਹਾ, ਅਤੇ ਭਾਈ ਅਸੀਂ ਤੁਹਾਨੂੰ ਬੱਬਰ ਸ਼ੇਰ ਕਹਿ ਦਿੰਦੇ ਹਾਂ। ਹੁਣ ਇਮਰਾਨ ਖਾਨ ਤਾਂ ਗੱਲਾਂ ਕਰ ਰਹੇ ਹੈ ਕਿ ਨਨਕਾਣਾ ਸਾਹਿਬ ਵਾਸਤੇ ਵੀ ਅਸੀਂ ਲਾਂਘਾ ਖੋਲ੍ਹ ਦੇਣਾ, ਅਤੇ ਸਾਡੇ ਮੰਤਰੀ ਜਿਹੜੇ ਕੀ ਕਹਿ ਰਹੇ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਨੇ ਸਹੀ ਨਹੀਂ ਕੀਤਾ, ਜੱਫੀ ਦਾ ਬਿਆਨਬਾਜ਼ੀ ਕਰ ਰਹੇ ਹੈ। ਅਤੇ ਜੇਕਰ ਸਾਡੇ ਮੰਤਰੀ ਸਾਹਿਬ ਬਾਹਰਲੇ ਦੇਸ਼ਾਂ 'ਚ ਜਾ ਕੇ ਜਦੋਂ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਤਾਂ ਉਹ ਵੀ ਤਾਂ ਅਕਸਰ ਜੱਫੀ ਹੁੰਦੀ ਆ ਕਿ ਉਹ ਕੁਛ ਹੋਰ ਹੁੰਦਾ। ਅਤੇ ਜੇ ਅੱਜ ਮੈਂ ਤਾਂ ਇੱਕੋ ਮੇਰੇ ਕੋਲ ਵੇਖੋ ਮੇਰੇ ਭਰਾ ਵੇਖਣ ਵਾਲਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਸਭ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੇਖਣਾ ਕਿ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਕਹਿਣ ਨੂੰ, ਕੀ ਕਹੀਏ ਦੱਸੋ। ਮੈਂ ਕੋਈ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਕਿ ਮੈਨੂੰ ਮੇਰੇ ਭੈਣ ਭਾਈ ਵੇਖਣਗੇ, ਮੈਂ ਤਾਂ ਇਸ ਕਰਕੇ ਵੀਡੀਓ ਬਣਾ ਕੇ ਪਾਉਂਦਾ ਹੁੰਦਾ ਤੁਹਾਡਾ ਆਪਣਾ ਛੋਟਾ ਭਰਾ, ਮੈਂ ਤਾਂ ਹਰ ਵੀਡੀਓ ਦੇ ਵਿੱਚ ਕਹਿੰਦਾ ਕਿ ਜਲਾਲਾਬਾਦ ਹਲਕੇ ਤੋਂ ਵਿਸ਼ਵਦੀਪ ਹੈ ਜਿਹੜਾ ਉਹ ਬੋਲਦਾ, ਮੈਂ ਕਿਸੇ ਗੱਲ 'ਤੇ ਬੋਲਦਾ ਵੀ ਨਹੀਂ ਬੋਲਦਾ, ਮੈਂ ਤਾਂ ਮੰਤਰੀਆਂ ਤੱਕ ਵੀਡੀਓ ਪਹੁੰਚਾਉਂਦਾ, ਜੇ ਪਹੁੰਚਦੀਆਂ ਤਾਂ ਪਹੁੰਚਾਓ, ਇਹਨਾਂ ਨੂੰ ਪਤਾ ਨਾ ਲੱਗੇ ਕਿ ਜਿਹੜਾ ਕੰਮ ਚੰਗਾ ਹੋਣ ਲੱਗਦਾ ਉਹ ਤੁਸੀਂ ਹੋਣ ਨਹੀਂ ਦਿੱਤੇ। ਹੁਣ ਕਈਆਂ ਮੰਤਰੀਆਂ ਦੇ ਤਾਂ ਬਲੱਡ ਘਟੇ ਪਏ ਆ, ਅਤੇ ਕਈਆਂ ਦੀਆਂ ਘਰਵਾਲੀਆਂ ਜਿਹੜੀਆਂ ਮੰਤਰੀਆਂ ਉਹ ਕਹਿੰਦੀਆਂ ਸੌਂ ਜਾ ਕੋਈ ਨਹੀਂ, ਸੌਂ ਜਾ ਕੁਛ ਨਹੀਂ ਹੁੰਦਾ। ਹੁਣ ਸਾਰਿਆਂ ਨੂੰ ਪਤਾ ਕੀ ਹੈ, ਇਹਨਾਂ ਨੂੰ ਐਂ ਆ ਕਿ ਲਾਂਘਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਖੋਲ੍ਹਿਆ ਨਾ ਉਹ ਅਸੀਂ ਖੋਲ੍ਹਦੇ, ਵੀ ਜਿਹੜੇ NRI-ਆਂ ਦੇ ਪੰਜਾਬ ਦੇ ਇੰਡੀਆ ਦੇ ਦਿਲ ਵਿੱਚ ਨਵਜੋਤ ਸਿੰਘ ਸਿੱਧੂ ਵਸਿਆ ਇਹਦੀ ਥਾਂ 'ਤੇ ਅਸੀਂ ਹੁੰਦੇ। ਅਤੇ ਹੁਣ ਜਿਹੜੇ ਮੰਤਰੀਆਂ ਦੇ ਦਿਲ ਦੇ ਵਿੱਚ ਖਿਆਲ ਇਹ ਸੀ, ਉਹਨਾਂ ਦੀਆਂ ਘਰ ਵਾਲੀਆਂ ਕਹਿੰਦੀਆਂ ਸੌਂ ਜਾ, ਹੁਣ ਉਹਨਾਂ ਨੂੰ ਤਾਂ ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਕੋਈ ਐਲ ਪ੍ਰੈਕਸ ਦੀਆਂ ਗੋਲੀਆਂ 'ਤੇ ਬੈਨ ਲੱਗਿਆ, ਨਹੀਂ ਤਾਂ ਉਹਨਾਂ ਨੇ ਪੰਜ ਖਵਾਂਗਾਂ ਹੁੰਦੀਆਂ 'ਤੇ ਐਲ ਪ੍ਰੈਕਸ ਗੋਲੀ ਨੇ ਸੌਂ ਜਾਣਾ ਸੀ। ਸਾਡੇ ਮੰਤਰੀ ਨਹੀਂ ਸੌਂਦੇ, ਸ਼ਰਮਿੰਦਗੀ ਵਾਲੀ ਗੱਲ ਹੈ, ਮੇਰੇ ਕੋਲ ਕਹਿਣ ਨੂੰ ਸ਼ਬਦ ਹੈ ਨਹੀਂ। ਇਮਰਾਨ ਖਾਨ ਨੂੰ ਜੇ ਬੱਬਰ ਸ਼ੇਰ ਕਹਿ ਲਿਆ ਤਾਂ ਇਹਦੇ ਵਿੱਚ ਘਾਟਾ ਕੀ ਪੈ ਗਿਆ ਆਪਾਂ ਨੂੰ? ਜਦੋਂ ਆਪਣੇ ਨੌਜਵਾਨ ਸ਼ਹੀਦ ਹੁੰਦੇ ਆ ਕਦੇ ਆਪਾਂ ਨੂੰ ਉਦੋਂ ਤਾਂ ਘਾਟਾ ਪਿਆ ਨਹੀਂ, ਆਪਾਂ ਕੀ ਗੱਲ ਕਹਿੰਦੇ ਹਾਂ
ਕਿ ਸਾਡੇ ਦੋ ਸ਼ਹੀਦ ਹੋਏ ਆ, ਅਸੀਂ 50 ਉਹਨਾਂ ਦੇ ਕਰਾਂਗੇ। ਪਰ ਉਦੋਂ ਨਹੀਂ ਸੋਚਿਆ ਜਦੋਂ ਆਪਾਂ 50 ਉਹਨਾਂ ਦੇ ਕਰਾਂਗੇ ਤਾਂ ਸਾਡੇ ਨੌਜਵਾਨ ਸ਼ਹੀਦ ਹੋਰ ਹੋਣਗੇ। ਉਦੋਂ ਤਾਂ ਇੰਡੀਆ ਨੂੰ ਘਾਟਾ ਨਹੀਂ ਪੈਂਦਾ। ਅਤੇ ਅੱਜ ਜੇ ਇਮਰਾਨ ਖਾਨ ਨੂੰ ਬੱਬਰ ਸ਼ੇਰ ਕਹਿ ਲਿਆ ਤਾਂ ਆਪਾਂ ਨੂੰ ਘਾਟਾ ਪੈਣ ਲੱਗ ਗਿਆ। ਸ਼ਰਮਿੰਦਗੀ ਆਉਂਦੀ ਮੈਨੂੰ ਆਪਦੇ ਆਪ 'ਤੇ ਕਿ ਮੈਂ ਯਾਰ ਕਿੰਨਾ ਮੱਝ ਮੂਹਰੇ ਬੀਨ ਵਜਾਉਂਦਾ, ਪਰ ਮੇਰੇ ਕੋਲ ਸ਼ਬਦ ਹੈ ਨਹੀਂ ਕਹਿਣ ਨੂੰ। ਮੈਂ ਭੈਣ ਭਾਈਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਮੰਤਰੀਆਂ ਨੂੰ ਪੁੱਛਣ ਵਾਲਾ, ਮੈਂ ਤੁਹਾਨੂੰ ਦੱਸ ਰਿਹਾ ਮੰਤਰੀ ਸਾਹਿਬ, ਮੈਂ ਆਪ ਜੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਕਿ ਸਾਡੇ ਸਿੱਖ ਇਤਿਹਾਸ, ਮੈਨੂੰ ਸ਼ਰਮਿੰਦਗੀ ਇਸ ਗੱਲ ਦੀ ਵੀ ਹੈ ਕਿ ਮੈਂ ਦਸਤਾਰ ਨਹੀਂ ਸਾਜੀ ਹੋਈ, ਜਿਹਦੇ ਪਰਮਾਤਮਾ ਜੀ ਦੇ ਬਚਨਾ ਹੈ ਉਹਦੇ ਜ਼ਰੂਰ ਸਾਜਾਂਗੇ। ਅਤੇ ਮੈਂ ਸੁਣਦਾ ਵੀ ਹੁੰਦਾ, ਨਵਜੋਤ ਸਿੰਘ ਸਿੱਧੂ ਜੀ ਨੇ ਵੀ ਬਿਆਨ ਕੀਤਾ ਕਿ ਮੇਰਾ ਤਾਇਆ ਰੋ ਪੈਂਦਾ ਹੁੰਦਾ ਸੀ ਜਦੋਂ ਉਸ ਨੁੱਕਰ 'ਤੇ ਖੜਾ, ਕਿ ਕਹਿੰਦਾ ਮੇਰੇ ਬਾਪ ਦੀ ਜਗ੍ਹਾ ਉੱਥੇ ਆ, ਮੈਂ ਜਾ ਨਹੀਂ ਸਕਦਾ। ਅਤੇ ਮੈਂ ਤਾਂ ਆਪ ਕਹਿਣਾ ਚਾਹੂੰਗਾ, ਇਮਰਾਨ ਖਾਨ ਆਪ ਜੀ ਨੂੰ ਮੈਂ ਬੱਬਰ ਸ਼ੇਰ ਕਹਿਣਾ ਚਾਹੂੰਗਾ, ਅਤੇ ਬੱਬਰ ਸ਼ੇਰ ਕਹਿਣਾ ਚਾਹੂੰਗਾ ਨਵਜੋਤ ਸਿੰਘ ਸਿੱਧੂ ਨੂੰ, ਜਿਹਨੇ ਆਪਣੀ ਦੋਸਤੀ ਇੱਕ ਚੰਗੇ ਕੰਮ ਵਾਸਤੇ ਲਾਈ, ਨਾ ਕਿ ਕੋਈ ਹੋਰ ਕੰਮ ਲਏ। ਹੋਰ ਕੋਈ ਕੰਮ ਨਹੀਂ ਲਏ ਉਹਨਾਂ ਨੇ, ਲਾਂਘਾ ਖੁਲਵਾਇਆ ਸਿੱਖਾਂ ਵਾਸਤੇ। ਅਤੇ ਅੱਜ ਸਾਡੇ ਜਿਹੜੇ ਮੰਤਰੀ, ਉਹਨਾਂ ਨੂੰ ਨੀਂਦ ਨਹੀਂ ਆਈ ਜਾਂਦੀ, ਗੋਲੀਆਂ ਖਤਮ ਹੋ ਰਹੀਆਂ ਉਹਨਾਂ ਨੂੰ ਖਵਾ ਖਵਾ ਕੇ। ਅਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਗੋਲੀਆਂ ਕਿਹੜੀ ਤੁਹਾਨੂੰ ਡਿੱਗੇ ਸਮਝੇ, ਸਮਝ ਨਹੀਂ ਆਉਂਦੀ। ਇਹਨਾਂ ਨੂੰ ਤਾਂ ਉਹ ਲੋਰੀਆਂ ਵੀ ਭੈੜੀਆਂ ਲੱਗਣ ਲੱਗ ਗਈਆਂ, ਘਰ ਵਾਲੀਆਂ ਕਹਿੰਦੀਆਂ ਸੌਂ ਜਾ ਸੌਂ ਜਾ, ਸਾਨੂੰ ਤਾਂ ਹਾਸਾ ਆਉਂਦਾ। ਇਮਰਾਨ ਖਾਨ ਗੱਲਾਂ ਕਰ ਰਹੇ ਆ ਕਿ ਅਸੀਂ ਨਨਕਾਣਾ ਸਾਹਿਬ ਨੂੰ ਵੀ ਲਾਂਘਾ ਖੋਲ੍ਹਦੇ ਹਾਂ, ਤਾਂ ਸਾਡੇ ਮੰਤਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਲੱਗ ਰਹੇ ਆ, ਬੜੀ ਸ਼ਰਮਿੰਦਗੀ ਵਾਲੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।